ਕਈ ਦੁਕਾਨਾਂ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਕਿਹਾ ਜਾ ਰਿਹਾ ਕਿ ਕਈ ਦੁਕਾਨਾਂ ਅੱਗ ਦੀ ਚਪੇਟ ਦੇ ਵਿੱਚ ਆਈਆਂ ਨੇ। ਤਾਂ ਦੱਸ ਦਈਏ ਕਿ ਤੰਗ ਗਲੀਆਂ ਦੇ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਦੇ ਉੱਤੇ ਪਹੁੰਚਣ 'ਚ ਕਾਫੀ ਸਮਾਂ ਲੱਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਨੇ। ਤਾਂ ਪਟਿਆਲਾ ਦੇ ਅਦਾਲਤ ਬਾਜ਼ਾਰ ਦੇ ਵਿੱਚ ਇੱਕ ਸ਼ੋਰੂਮ ਦੇ ਵਿੱਚ ਪਹਿਲਾਂ ਅੱਗ ਲੱਗਦੀ ਹੈ, ਹਾਲਾਂਕਿ ਉੱਥੋਂ ਅੱਗ ਲੱਗਣ ਤੋਂ ਬਾਅਦ ਨਾਲ ਨਾਲ ਕਈ ਦੁਕਾਨਾਂ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਨੇ। ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਪਰ ਫਾਇਰ ਬ੍ਰਿਗੇਡ ਪਹੁੰਚ ਕੇ ਵੀ ਉੱਥੇ ਕੁਝ ਕਰ ਨਹੀਂ ਪਾਈ, ਕਿਉਂਕਿ ਕਿਹਾ ਜਾ ਰਿਹਾ ਕਿ ਬਿਨਾਂ ਨਕਸ਼ੇ ਤੋਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ, ਤੰਗ ਗਲੀਆਂ ਨੇ ਅਤੇ ਅੰਦਰ ਜੋ ਹੈ ਗੱਡੀ ਜਾਣੀ ਕਾਫੀ ਮੁਸ਼ਕਿਲ ਹੋ ਗਈ, ਜਿਸ ਤੋਂ ਬਾਅਦ ਪਾਈਪ ਪਾ ਕੇ ਕਿਹਾ ਜਾ ਰਿਹਾ ਕਿ ਕਈ ਕਈ ਕਿਲੋਮੀਟਰ ਤੱਕ ਲਿਜਾ ਕੇ ਅੱਗ ਨੂੰ ਬੁਝਾਉਣਾ ਪਿਆ। ਤਾਂ ਦੱਸ ਦਈਏ ਕਿ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਟਿਆਲਾ ਦੇ ਅਦਾਲਤ ਬਾਜ਼ਾਰ ਦੀਆਂ, ਜਿੱਥੇ ਕਿ ਕਈ ਦੁਕਾਨਾਂ ਸੜ ਕੇ ਸਵਾਹ ਹੋਈਆਂ ਨੇ। ਦੱਸ ਦਈਏ ਕਿ ਪਟਿਆਲਾ ਦੇ ਵਿੱਚ ਬਹੁਤ ਮਸ਼ਹੂਰ ਜਗ੍ਹਾ ਅਦਾਲਤ ਬਾਜ਼ਾਰ, ਜਿੱਥੇ ਕਿ ਅਕਸਰ ਕਾਫੀ ਭੀੜ ਰਹਿੰਦੀ ਹੈ। ਹਾਲਾਂਕਿ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਜਾਂ ਫਿਰ ਕੋਈ ਤੀਜ ਤਿਉਹਾਰ ਹੁੰਦਾ ਤਾਂ ਲੋਕ ਉੱਥੇ ਵੱਡੀ ਗਿਣਤੀ ਦੇ ਵਿੱਚ ਸ਼ੋਪਿੰਗ ਕਰਨ ਦੇ ਲਈ ਜਾਂਦੇ ਨੇ। ਤਾਂ ਦੱਸ ਦਈਏ ਕਿ ਪਟਿਆਲਾ ਦਾ ਇੱਕ ਮੰਨਿਆ ਪਰਮੰਨਿਆ ਮਸ਼ਹੂਰ ਬਾਜ਼ਾਰ ਹੈ ਇਹ ਅਦਾਲਤ ਬਾਜ਼ਾਰ, ਜਿੱਥੇ ਕਿ ਇਹ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਨੇ, ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਦੂਜੇ ਪਾਸੇ ਦੁਕਾਨਦਾਰ ਜੋ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਨਿਰਾਸ਼ ਜ਼ਰੂਰ ਹੋਣਗੇ, ਕਿਉਂਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ। ਹਾਲਾਂਕਿ ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਵੀ ਗੱਡੀਆਂ ਮੌਕੇ ਦੇ ਉੱਤੇ ਪਹੁੰਚਦੀਆਂ ਨੇ, ਪਰ ਕਿਹਾ ਜਾ ਰਿਹਾ ਕਿ ਬਿਨਾਂ ਨਕਸ਼ੇ ਤੋਂ ਤੰਗ ਗਲੀਆਂ ਹੋਣ ਦੇ ਕਾਰਨ ਇੱਥੇ ਅੰਦਰ ਜੋ ਹੈ ਉਹ ਫਾਇਰ ਬ੍ਰਿਗੇਡ ਨਹੀਂ ਜਾ ਪਾਈ, ਜਿਸ ਕਰਕੇ ਅੱਗ ਨੂੰ ਬੁਝਾਉਣ ਦੇ ਵਿੱਚ ਕਾਫੀ ਸਮਾਂ ਲੱਗਿਆ। ਤਾਂ ਦੱਸ ਦਈਏ ਕਿ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਸੀ, ਜਿਸ ਦੀ ਬਦੌਲਤ ਕਿਹਾ ਜਾ ਰਿਹਾ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਿਆ, ਪਰ ਕਿਹਾ ਜਾ ਸਕਦਾ ਹੈ ਕਿ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋ ਗਿਆ। ਕਈ ਦੁਕਾਨਾਂ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਕਿਹਾ ਜਾ ਰਿਹਾ ਕਿ ਕਈ ਦੁਕਾਨਾਂ ਅੱਗ ਦੀ ਚਪੇਟ ਦੇ ਵਿੱਚ ਆਈਆਂ ਨੇ। ਤਾਂ ਦੱਸ ਦਈਏ ਕਿ ਤੰਗ ਗਲੀਆਂ ਦੇ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਦੇ ਉੱਤੇ ਪਹੁੰਚਣ 'ਚ ਕਾਫੀ ਸਮਾਂ ਲੱਗਿਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਨੇ। ਤਾਂ ਪਟਿਆਲਾ ਦੇ ਅਦਾਲਤ ਬਾਜ਼ਾਰ ਦੇ ਵਿੱਚ ਇੱਕ ਸ਼ੋਰੂਮ ਦੇ ਵਿੱਚ ਪਹਿਲਾਂ ਅੱਗ ਲੱਗਦੀ ਹੈ, ਹਾਲਾਂਕਿ ਉੱਥੋਂ ਅੱਗ ਲੱਗਣ ਤੋਂ ਬਾਅਦ ਨਾਲ ਨਾਲ ਕਈ ਦੁਕਾਨਾਂ ਨੇ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਨੇ। ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਪਰ ਫਾਇਰ ਬ੍ਰਿਗੇਡ ਪਹੁੰਚ ਕੇ ਵੀ ਉੱਥੇ ਕੁਝ ਕਰ ਨਹੀਂ ਪਾਈ, ਕਿਉਂਕਿ ਕਿਹਾ ਜਾ ਰਿਹਾ ਕਿ ਬਿਨਾਂ ਨਕਸ਼ੇ ਤੋਂ ਇਹ ਦੁਕਾਨਾਂ ਬਣੀਆਂ ਹੋਈਆਂ ਸੀ, ਤੰਗ ਗਲੀਆਂ ਨੇ ਅਤੇ ਅੰਦਰ ਜੋ ਹੈ ਗੱਡੀ ਜਾਣੀ ਕਾਫੀ ਮੁਸ਼ਕਿਲ ਹੋ ਗਈ, ਜਿਸ ਤੋਂ ਬਾਅਦ ਪਾਈਪ ਪਾ ਕੇ ਕਿਹਾ ਜਾ ਰਿਹਾ ਕਿ ਕਈ ਕਈ ਕਿਲੋਮੀਟਰ ਤੱਕ ਲਿਜਾ ਕੇ ਅੱਗ ਨੂੰ ਬੁਝਾਉਣਾ ਪਿਆ। ਤਾਂ ਦੱਸ ਦਈਏ ਕਿ ਤਸਵੀਰਾਂ ਵੀ
ਸਾਹਮਣੇ ਆਈਆਂ ਨੇ ਪਟਿਆਲਾ ਦੇ ਅਦਾਲਤ ਬਾਜ਼ਾਰ ਦੀਆਂ, ਜਿੱਥੇ ਕਿ ਕਈ ਦੁਕਾਨਾਂ ਸੜ ਕੇ ਸਵਾਹ ਹੋਈਆਂ ਨੇ। ਦੱਸ ਦਈਏ ਕਿ ਪਟਿਆਲਾ ਦੇ ਵਿੱਚ ਬਹੁਤ ਮਸ਼ਹੂਰ ਜਗ੍ਹਾ ਅਦਾਲਤ ਬਾਜ਼ਾਰ, ਜਿੱਥੇ ਕਿ ਅਕਸਰ ਕਾਫੀ ਭੀੜ ਰਹਿੰਦੀ ਹੈ। ਹਾਲਾਂਕਿ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਜਾਂ ਫਿਰ ਕੋਈ ਤੀਜ ਤਿਉਹਾਰ ਹੁੰਦਾ ਤਾਂ ਲੋਕ ਉੱਥੇ ਵੱਡੀ ਗਿਣਤੀ ਦੇ ਵਿੱਚ ਸ਼ੋਪਿੰਗ ਕਰਨ ਦੇ ਲਈ ਜਾਂਦੇ ਨੇ। ਤਾਂ ਦੱਸ ਦਈਏ ਕਿ ਪਟਿਆਲਾ ਦਾ ਇੱਕ ਮੰਨਿਆ ਪਰਮੰਨਿਆ ਮਸ਼ਹੂਰ ਬਾਜ਼ਾਰ ਹੈ ਇਹ ਅਦਾਲਤ ਬਾਜ਼ਾਰ, ਜਿੱਥੇ ਕਿ ਇਹ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਕਈ ਦੁਕਾਨਾਂ ਸੜ ਕੇ ਸਵਾਹ ਹੋ ਗਈਆਂ ਨੇ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਦੂਜੇ ਪਾਸੇ ਦੁਕਾਨਦਾਰ ਜੋ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਨਿਰਾਸ਼ ਜ਼ਰੂਰ ਹੋਣਗੇ, ਕਿਉਂਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ। ਹਾਲਾਂਕਿ ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਵੀ ਗੱਡੀਆਂ ਮੌਕੇ ਦੇ ਉੱਤੇ ਪਹੁੰਚਦੀਆਂ ਨੇ, ਪਰ ਕਿਹਾ ਜਾ ਰਿਹਾ ਕਿ ਬਿਨਾਂ ਨਕਸ਼ੇ ਤੋਂ ਤੰਗ ਗਲੀਆਂ ਹੋਣ ਦੇ ਕਾਰਨ ਇੱਥੇ ਅੰਦਰ ਜੋ ਹੈ ਉਹ ਫਾਇਰ ਬ੍ਰਿਗੇਡ ਨਹੀਂ ਜਾ ਪਾਈ, ਜਿਸ ਕਰਕੇ ਅੱਗ ਨੂੰ ਬੁਝਾਉਣ ਦੇ ਵਿੱਚ ਕਾਫੀ ਸਮਾਂ ਲੱਗਿਆ। ਤਾਂ ਦੱਸ ਦਈਏ ਕਿ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਸੀ, ਜਿਸ ਦੀ ਬਦੌਲਤ ਕਿਹਾ ਜਾ ਰਿਹਾ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਿਆ। ਪਰ ਕਿਹਾ ਜਾ ਸਕਦਾ ਹੈ ਕਿ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਵੱਡਾ ਨੁਕਸਾਨ ਹੋ ਗਿਆ।